ਅਸੀਂ ਪੱਗ ਥੱਲੇ 50 ਲਾਉਂਦੇ ਆ ਮੈਨੂੰ ਮੇਰਾ ਖਿਆਲ 45-48 ਸਾਲ ਦੀ ਉਮਰ ਚ ਜਾ ਕੇ ਪਤਾ ਲੱਗਾ ਜਦੋਂ ਕਿ ਮੈਂ 9ਵੀਂ ਜਮਾਤ ਚੋਂ ਦਸਤਾਰਬੰਦੀ ਦੇ ਮੁਕਾਬਲੇ ਚ ਜਾਂਦਾ ਸਾਂ ਤਾਂ ਇੱਕ ਵਾਰੀ ਅਸੀਂ ਆਨੰਦਪੁਰ ਸਾਹਿਬ ਵਿਖੇ ਕੈਂਪ ਲਾਇਆ ਵਿਦਿਆਰਥੀਆਂ ਨੇ ਬੜੀਆਂ ਸੋਹਣੀਆਂ ਪੱਗਾਂ ਸਜਾਈਆਂ ਕਾਲਜ ਦੇ ਬੱਚੇ ਸਨ ਮੈਂ ਕਿਹਾ ਬੇਟੇ ਇਹਨੂੰ ਕੀ ਕਹਿੰਦੇ ਹੋ ਕਹਿੰਦੇ 50 ਮੈਂ ਕਿਹਾ 50 ਨੂੰ 50 ਕਿਉਂ ਕਹਿੰਦੇ ਹੋ ਕਹਿੰਦੇ ਇਹ ਤਾਂ ਪਤਾ ਨਹੀਂ ਕੁਝ ਬੱਚੇ ਅੰਮ੍ਰਿਤਧਾਰੀ ਸਨ ਨਾ ਕੇਸ ਕੀ ਸਜਾਈ ਕਿਸੇ ਨੇ ਰੀਬਨ ਵੱਧਾ ਹੁੰਦਾ ਕਿਸੇ ਨੇ ਛੋਟਾ ਕੱਪੜਾ ਵੱਧਾ ਹੁੰਦਾ ਅੰਗਰੇਜ਼ ਕਾਲ ਦੇ ਵਿੱਚ ਸਿੱਖ ਸਿਪਾਹੀ 5 ਗਜ਼ ਦੀ ਪੱਗ ਬੰਨਦਾ ਸੀ ਸਿਪਾਹੀ ਦੇ ਸਿਰ ਤੇ 5 ਗਜ਼ ਦੀ ਮਜ਼ਬੂਤੀ ਨਹੀਂ ਸੀ ਫਿਰ ਇੱਕ ਮਤਾ ਪਾਇਆ ਗਿਆ ਕਿ 2.5 ਗਜ਼ ਦੀ ਪੱਗ ਇਹਨੂੰ ਹੋਰ ਨੀਚੇ ਦੀ ਬਣਾਈ ਜਾਵੇ ਉਹ ਗੋਲ ਰੂਪ ਵਿੱਚ ਬੱਧੀ ਜਾਂਦੀ ਸੀ ਵਾਲ ਵੀ ਗੱਜਦੀ ਸੀ ਇੱਥੋਂ ਉਹਨੂੰ ਚੈਕਿੰਗ ਕੀਤੀ ਜਾਂਦੀ ਸੀ 5 ਗਜ਼ ਦੀ 2.5 ਗਜ਼ ਬਣ ਗਈ 50% ਜਿਹਨੂੰ ਆਪਾਂ 1/2 ਕਹਿੰਦੇ ਹਾਂ ਅੱਧੀ ਕਹਿੰਦੇ ਹਾਂ ਪੰਜਾਬੀ ਚ ਉਹ 50% ਜਿਹੜੀ ਅੰਗਰੇਜ਼ ਜਦ ਚੈੱਕ ਕਰਦੇ ਸਨ 50 50 50 ਹੁਣ ਅਸੀਂ ਸਾਡੀ ਪੱਗ ਦਾ ਅੱਧਾ ਭਾਗ ਨਹੀਂ ਹੁੰਦਾ ਜਿਹੜੀ ਸਾਡੀ ਥੱਲੇ ਹੁੰਦੀ ਹੈ ਪਰ ਇਹਦਾ 9 50 ਹੈ ਤਾਂ ਜਦ ਇਹਨੂੰ ਤੁਸੀਂ ਸੋਚੋਗੇ ਜਾਂ ਜਾਣੋਗੇ ਤਾਂ ਤੁਹਾਨੂੰ ਉਸ ਸਮੇਂ ਦੇ ਅਖਬਾਰਾਂ ਤੋਂ ਅੰਗਰੇਜ਼ ਕਾਲ ਦੇ ਸਮੇਂ ਤੋਂ ਸਾਹਿਤ ਤੋਂ ਗੱਲ ਲੱਭ ਜਾਏਗੀ ਮੈਂ ਇਸ ਲਈ ਸ਼ਾਇਦ ਥੋੜਾ